ਦਿਖਾ ਦਈਏ ਜੀ ਕਸ਼ਮੀਰੀ ਲਸਣ ਲੱਗਿਆ ਨਾਲ ਜੀ, ਆ ਨਾਲ ਲੱਗਾ ਇਹਦੇ ਦਾਲੇ ਦਾਲੇ ਜਿੰਨੇ ਵੀ ਆ ਫੋੜੇ ਜੇ ਬਣੇ ਹੋਏ ਆ ਸਾਰਾ ਕਸ਼ਮੀਰੀ ਲਸਣ ਆ ਜੀ। ਬੜੀ ਤਗੜੀ ਬੰਬ ਵਰਾਇਟੀ ਆ ਤੁਹਾਨੂੰ ਮੇਰੇ ਹਿਸਾਬ ਨਾਲ ਜੇ ਲੈਣੀ ਹੋਵੇ ਤਾਂ 2000 ਨੂੰ ਕਿਲੋ ਇਹ ਵਰਾਇਟੀ ਬਾਜ਼ਾਰ ਦੇ ਵਿੱਚ ਮਿਲੂਗੀ। ਬੀਜ ਬੀਜੋ ਚੁਣ ਕੇ ਅਤੇ ਪਾਣੀ ਪੀਓ ਪੁਣ ਕੇ। ਬਾਈ ਆਹ ਲਸਣ ਜਿਹੜਾ ਉਦੋਂ ਚੁਣ ਕੇ ਲਾਇਆ ਸੀ ਅਤੇ ਅੱਜ ਤੁਹਾਨੂੰ ਗੰਢੀ ਦਿਖਾ ਦਿੰਦੇ ਹਾਂ ਲਾਲ ਜੀ। ਤੁਸੀਂ ਆ ਇਕੱਲੀ ਇਕੱਲੀ ਪੱਟਣਾ ਬੜਾ ਸੌਖਾ, ਬੈੱਡ ਦੇ ਉੱਤੇ ਜਮਾਂ ਕੋਰ ਪਿਆ ਅਤੇ ਤੁਸੀਂ ਗੰਢੀ ਦੇਖ ਸਕਦੇ ਹੋ, ਰੰਗ ਅਜੇ ਫੜਦਾ ਜਾਂਦਾ ਜਿਵੇਂ ਜਿਵੇਂ ਲਸਣ ਦੇ ਅਤੇ ਹਲਦੀ ਦੇ ਕੈਂਗਾ, ਅਤੇ ਇਹਨਾਂ ਨੂੰ ਲਸਣ ਵਾਲਾ ਬਾਬਾ ਵੀ ਕਿਹਾ ਜਾਂਦਾ। ਤੇ ਗੰਢੀ ਬਹੁਤ ਮੋਟੀ ਹੋਈ, ਗੰਢੀ ਨਾ ਹਜੇ ਲਾਲੇ ਹੋਊਗੀ ਜੀ, ਕਹਿੰਦਾ ਮਤਲਬ ਲਾਲੇ ਨੇ ਹੋਣਾ। ਉਹ ਲਸਣ ਜਿਹੜਾ ਹੈਗਾ ਇਹ ਇੱਕ ਬਹੁਤ ਵੱਡੀ ਦਵਾਈ ਹੈ। ਸਤਿ ਸ਼੍ਰੀ ਅਕਾਲ ਕਿਸਾਨ ਵੀਰੋ, ਤਾਂ ਅੱਜ ਆਪਾਂ ਪਹੁੰਚੇ ਹਾਂ ਜੀ ਡਾਕਟਰ ਮਨਜੀਤ ਸਿੰਘ ਦੇ ਖੇਤ ਵਿੱਚ, ਜਿਹੜੇ ਲਸਣ ਦੇ ਅਤੇ ਹਲਦੀ ਦੇ ਕੈਂਗਾ, ਅਤੇ ਇਹਨਾਂ ਨੂੰ ਲਸਣ ਵਾਲਾ ਬਾਬਾ ਵੀ ਕਿਹਾ ਜਾਂਦਾ। ਅਤੇ ਅੱਜ ਆਪਾਂ ਪਿੱਛੇ ਵੀਡੀਓ ਪਾਈ ਸੀ ਇਹਨਾਂ ਦੀ, ਇੱਕ ਆਪਾਂ ਨੇ ਆਪਾਂ ਨੂੰ ਵੀਡੀਓ ਦੇ ਵਿੱਚ ਕਿਹਾ ਸੀ ਵੀ ਲਸਣ ਬੀਜ ਬੀਜੋ ਚੁਣ ਕੇ ਅਤੇ ਪਾਣੀ ਪੀਓ ਪੁਣ ਕੇ। ਬਾਈ ਆਹ ਲਸਣ ਜਿਹੜਾ ਉਦੋਂ ਚੁਣ ਕੇ ਲਾਇਆ ਸੀ ਅਤੇ ਅੱਜ ਤੁਹਾਨੂੰ ਗੰਢੀ ਦਿਖਾ ਦਿੰਦੇ ਹਾਂ ਲਾਲ ਲਸਣ, ਅਤੇ ਗੰਢੀ ਕਿੱਡੀ ਮੋਟੀ ਹੋਈ ਆ। ਅਤੇ ਜਿਹੜਾ ਬੈੱਡ ਦੇ ਉੱਤੇ ਪਰਾਲੀ ਪਾ ਕੇ ਲਸਣ ਲਾਇਆ ਸੀ, ਅੱਜ ਪੂਰੀ ਜਾਣਕਾਰੀ ਤੁਹਾਨੂੰ ਸਾਰੇ ਭਰਾਵਾਂ ਨੂੰ ਦੇ ਦਈਏ। ਡਾਕਟਰ ਸਾਹਿਬ ਦੱਸ ਦਿਓ, ਅੱਜ ਪੂਰੀ ਜਾਣਕਾਰੀ ਦੇ ਦਿਓ ਵੀ ਜਿਹੜੀ ਪਰਾਲੀ ਦਾ ਕੀ ਫਾਇਦਾ ਹੋਇਆ ਅਤੇ ਗੰਢੀ ਮੋਟੀ ਕਿਵੇਂ ਕੀਤੀ ਆ, ਅਤੇ ਇਹਦੇ ਹੋਰ ਆਪਾਂ ਨੂੰ ਲਸਣ ਦੇ ਫਾਇਦੇ ਆ ਉਹ ਵੀ ਆਪਾਂ ਅੱਜ ਤੁਹਾਡੇ ਤੋਂ ਪੂਰੇ ਲੈਣੀ ਆ ਜਾਣਕਾਰੀ। ਜੀ ਆਇਆਂ ਜੀ, ਤੁਹਾਨੂੰ ਜੀ ਆਇਆਂ ਕਹਿੰਦੇ ਆ ਮਾਨ ਸਾਹਿਬ। ਲਸਣ 'ਤੇ ਜ਼ਿਆਦਾ ਮਿਹਨਤ ਕਰਨ ਦੀ ਲੋੜ ਨਹੀਂ ਗੀ, ਠੀਕ ਆ ਜੀ। ਇਹਨੂੰ ਲਾਉਣ ਸਾਰ ਇਹਦੀ ਮਲਚਿੰਗ ਕਰ ਦਿਓ ਵੇਲੇ, ਹੁਣ ਸਾਡਾ ਲਸਣ ਖੜਾ ਤੇ ਨਦੀਨ ਵਿੱਚ ਹੈ ਹੀ ਨਹੀਂ ਕੋਈ। ਹਾਂ, ਥੋੜ੍ਹਾ ਬਹੁਤਾ ਨਾ ਕੋਈ ਨਦੀਨ ਸੀਗਾ ਬਿਰਲਾ ਵਾਂਝਾ, ਠੀਕ ਆ ਜੀ, ਉਹ ਅਸੀਂ ਪੜਤਾ ਸੀਗਾ। ਅੱਛਾ, ਕਹਿੰਦਾ ਮੁੱਲ ਕਿੱਲੇ ਵਾਣ 'ਚ 3 ਕੁ ਬੁੜੀਆਂ ਫੇਰ ਦੀਆਂ ਨਾ ਮੇਰੇ ਹਿਸਾਬ ਨਾਲ ਜਮਾ ਹੀ ਵੀ ਸਾਫ਼ ਕਰ ਦਿੰਦੀਆਂ। ਅੱਛਾ ਜੀ, ਦੂਜੀ ਗੱਲ ਜਿਹੜਾ ਲਸਣ ਹੈ ਇਹਨੂੰ ਅਸੀਂ ਯੂਰੀਆ ਬਿਲਕੁਲ ਨਹੀਂ ਪਾਈ, ਠੀਕ ਹੈ ਜੀ, ਇਹ ਇਕੱਲੇ ਸੀਡ ਵਾਸਤੇ ਪੈਦਾ ਕੀਤਾ ਸੀ, ਠੀਕ ਹੈ ਜੀ, ਅਤੇ ਜਿਹੜਾ ਅੰਡਰਗ੍ਰੇਡ ਆ ਉਹ ਖਾਣ ਵਾਸਤੇ ਦੇ ਦਾਂਗੇ। ਇਹਦਾ ਹੁਣ ਤੁਸੀਂ ਸੀਡ ਕਦੋਂ ਦਿਓਗੇ ਜੀ? ਇਹਦਾ ਸੀਡ ਜੀ ਹੁਣ ਸਾਡੇ ਕੋਲ ਬੁਕਿੰਗ ਜ਼ਿਆਦਾ ਹੋਇਆ ਪਿਆ। ਅੱਛਾ, ਅਤੇ ਇਹ ਸਹੀ ਤਾਂ 15-20 ਮਈ ਤੋਂ ਬਾਅਦ ਹੀ ਵੇਚਣ ਵਾਲਾ ਬਣਨਾ, ਠੀਕ ਹੈ, ਅੱਜ ਤਾਂ ਗਿੱਲਾ ਬਾਹਲਾ ਹੈ। ਅਤੇ ਗੰਢੀ ਬਹੁਤ ਮੋਟੀ ਹੋਈ, ਗੰਢੀ ਨਾ ਹਜੇ ਲਾਲ ਏ ਹੋਊਗੀ ਜੀ, ਕਹਿੰਦਾ ਮਤਲਬ ਲਾਲ ਇਹਨੇ ਹੋਣਾ। ਅੱਛਾ, ਤਾਂ ਰੰਗ ਨਾ ਇਹਨੇ ਜਿਵੇਂ ਜਿਵੇਂ ਭੂਕ ਦਾ ਰੰਗ ਫੜਨਾ ਫਿਰ ਪੂਰਾ ਗੂੜਾ ਲਾਲ ਹੋ ਜੂਗਾ, ਪੂਰਾ ਗੂੜਾ ਹੋਊਗਾ, ਹਜੇ ਨਹੀਂ ਲਾਲ ਦਿਖਦਾ ਇਹਨੇ, ਠੀਕ ਆ, ਹਾਂ ਠੀਕ ਆ। ਅਤੇ ਜਿਹੜਾ ਇਹ ਤੁਸੀਂ ਪਰਾਲੀ ਪਾਈ ਆ ਜੀ, ਮਾੜਾ ਜਿਹਾ ਪਰਾਲੀ ਦੇ ਆਹ ਦੇਖੋ ਜੀ ਤੁਸੀਂ, ਆ ਇਕੱਲੀ ਇਕੱਲੀ ਪੱਟਣਾ ਬੜਾ ਸੌਖਾ, ਬੈੱਡ ਦੇ ਉੱਤੇ ਜਮਾਂ ਕੋਰ ਪਿਆ ਅਤੇ ਤੁਸੀਂ ਗੰਢੀ ਦੇਖ ਸਕਦੇ ਹੋ, ਰੰਗ ਅਜੇ ਫੜਦਾ ਜਾਂਦਾ ਜਿਵੇਂ ਜਿਵੇਂ ਗੂੜਾ ਲਾਲ ਹੋ ਜੂਗਾ ਜੀ, ਪੂਰਾ ਗੂੜਾ ਲਾਲ ਹੋ ਜੂਗਾ, ਅੱਜ ਤੋਂ ਪਟਾਈ ਤੋਂ 20-25 ਮਹੀਨੇ ਮੁੜਦਾ ਪੂਰਾ ਗੂੜਾ ਹੋ ਜਾਣਾ, ਠੀਕ ਆ, ਠੀਕ ਆ। ਅਤੇ ਇਹ ਆਪਾਂ ਹੁਣ ਗੰਢੀ ਕੱਚੀ ਵੀ ਖਾ ਸਕਦੇ ਹਾਂ? ਹਾਂ, ਗੰਢੀ ਕੱਚੀ ਵੀ ਖਾ ਸਕਦੇ, ਵੱਡੀ ਸਭ ਤੋਂ ਗਲਤ ਇਹ ਹੈ ਵੀ ਇਸ ਇਹਨੂੰ ਨਾ ਸਾਡੇ ਮਾਲਵੇ ਦੇ ਵਿੱਚ, ਹੁਣ ਮਾਝੇ ਤਾਂ ਦੁਆਬੇ ਦਾ ਨਹੀਂ ਬਾਹਲਾ ਪਤਾ, ਸਾਡੇ ਮਾਲਵੇ 'ਚ ਇਹ ਲਸਣ ਹੀ ਪਸੰਦ ਕਰਦੇ ਲੋਕ ਖਾਣਾ, ਠੀਕ ਆ ਜੀ। ਦੂਸਰਾ ਵੀ ਲਸਣ ਤਕਰੀਬਨ ਨਾ ਕਈ ਕਹਿੰਦੇ ਆ ਵੀ ਪੱਟਣਾ ਕਦੋਂ ਹੁੰਦਾ, ਲਸਣ ਦੇ ਪੱਤੇ ਨਾ ਜਦੋਂ ਤਕਰੀਬਨ ਡੱਬ ਖੜਬੇ ਜੇ ਹੋਏ ਨਾ ਉਹਦੇ ਪੱਟਣ ਵਾਲਾ, ਜੇ ਪਹਿਲਾਂ ਗੀਤਾ ਪੱਟ ਲਾਂਗੇ ਤਾਂ ਵੀ ਸਟੋਰ ਦੀ ਕਪੈਸਿਟੀ ਇਹਦੀ ਹੈ ਨਹੀਂ, ਠੀਕ ਆ ਜੀ, ਜੇ ਇਹਨੂੰ ਥੋੜ੍ਹਾ ਲੇਟ ਪੱਟਾਂਗੇ ਤਾਂ ਫਿਰ ਇਹਦੀ ਤੁਰਗਾਂ ਖਿਲਰ ਜਾਣਗੀਆਂ। ਅੱਛਾ ਜੀ, ਸਭ ਤੋਂ ਵੱਡੀ ਗੱਲ ਇਹ ਹੈ, ਠੀਕ ਹੈ। ਤਾਂ ਇਹਨੂੰ ਛਾਵੇਂ ਸਕਾਈਏ ਜੇ ਧੁੱਪ ਨਾ ਪਵੇ, ਹੁਣ ਤਾਂ ਗਿੱਲੇ ਸਾਨੂੰ ਪੱਟੀ ਜਾਂਦੇ ਆ, ਜੇ ਇਹਨੂੰ ਧੁੱਪੇ ਸਕਾ ਲਿਆ ਤਾਂ ਫਿਰ ਉਹਨੇ ਖਰਾਬ ਹੋ ਜਾਣਾ ਤੁਹਾਡਾ, ਠੀਕ ਹੈ। ਲਸਣ ਇਹ ਚੀਜ਼ਾਂ ਦਾ ਖਿਆਲ ਰੱਖਣਾ ਚਾਹੀਦਾ ਆਪਾਂ ਨੂੰ। ਉਹ ਲਸਣ ਜਿਹੜਾ ਹੈਗਾ ਇਹ ਇੱਕ ਬਹੁਤ ਵੱਡੀ ਦਵਾਈ ਹੈ, ਇਹ ਪੱਤਿਆਂ ਦਾ ਅਸਰ ਲੈ ਕੇ ਇਹਨੇ ਬਣਨਾ, ਠੀਕ ਹੈ ਜੀ। ਹਾਂ, ਇਹਨੂੰ ਐਂ ਪੱਤੇ ਵੱਢ ਕੇ ਮੰਡੀ ਵੇਚ ਦਿਆਂਗੇ,
ਇਹ ਆਪਦੇ ਅਸਲ ਗੁਣਾਂ ਤੋਂ ਵਾਂਝਾ ਰਹਿ ਜੂਗਾ। ਹਾਂ ਇਹ ਪੱਤਿਆਂ ਨਾਲ ਇਹਦਾ ਹੈਗਾ ਸਾਰਾ ਕੁਛ, ਜੇ ਬੀਜ ਵਾਸਤੇ ਲਿਜਾਣਾ ਤਾਂ ਪੱਤਿਆਂ ਸਮੇਤ ਦੇਵਾਂਗੇ, ਪੱਤਿਆਂ ਨਾਲ ਹੀ ਵੇਟ ਕੱਢ ਦਾਂਗੇ। ਠੀਕ ਆ ਜੀ। ਅਤੇ ਇੱਕ ਆਪਣਾ ਜੀ ਕਸ਼ਮੀਰੀ ਲਸਣ ਵੀ ਸੀ ਜਿਹਦਾ ਨਾਲ ਉਹ ਛੋਟਾ ਛੋਟਾ ਕਸ਼ਮੀਰੀ ਲਸਣ ਆਪਣੇ ਅੱਗੇ ਬੀਜਿਆ ਜੀ, ਉਹ ਉੱਧਰ ਬੀਜਿਆ ਹੋਇਆ ਆਪਾਂ ਦੋਸਤੋ ਤੁਹਾਨੂੰ ਉਹ ਵੀ ਦਿਖਾਉਂਦੇ ਹਾਂ। ਉਹਦੀ ਬੜੀ ਡਿਮਾਂਡ ਸੀਗੀ ਵੀ ਜਿਹੜਾ ਕਸ਼ਮੀਰੀ ਲਸਣ ਆ ਸਾਨੂੰ ਉਹ ਨਹੀਂ ਮਿਲ ਰਿਹਾ, ਅਤੇ ਡਾਕਟਰ ਸਾਹਿਬ ਦਾ ਨੰਬਰ ਆਪਾਂ ਸਕਰੀਨ 'ਤੇ ਕਰਾਂਗੇ ਮੈਨਸ਼ਨ। ਜਿਹੜੇ ਭਰਾ ਨੂੰ ਕਸ਼ਮੀਰੀ ਲਸਣ ਚਾਹੀਦਾ ਹੋਵੇ ਕੋਈ ਕਿਲੋ ਡੇਢ ਕਿਲੋ ਦਵਾਈ ਦੇ ਤੌਰ 'ਤੇ, ਕਿਤੇ ਵੀ ਆਲ ਇੰਡੀਆ ਭੇਜ ਸਕਦੇ ਹੋ ਜੀ? ਭੇਜ ਸਕਦੇ, ਕੋਰੀਅਰ ਕਰਾ ਕੇ ਕਹਿੰਦੇ ਜਿੱਥੇ ਤੁਸੀਂ ਕਹੋਗੇ ਆਪਾਂ ਪਹੁੰਚਦਾ ਕਰ ਦਿਆਂਗੇ। ਡਾਕਟਰ ਸਾਹਿਬ ਦਾ ਨੰਬਰ ਸਕਰੀਨ 'ਤੇ ਮੈਨਸ਼ਨ ਕਰਾਂਗੇ, ਤੁਸੀਂ ਸਿੱਧਾ ਤਾਲਮੇਲ ਕਰ ਸਕਦੇ ਹੋ। ਤੁਹਾਨੂੰ ਕਸ਼ਮੀਰੀ ਲਸਣ ਵੀ ਦਿਖਾ ਦਈਏ ਜੀ, ਇਹਦੇ ਨਾਲ ਲੱਗਦਾ ਜੀ ਉਹ ਕਸ਼ਮੀਰੀ ਲਸਣ ਗੱਡੇ ਇੱਥੇ ਵੀ ਖੜੇ ਵਿੱਚ ਜੀ ਆਪਾਂ ਇੱਧਰ ਪੱਟੀ ਚਲੋ ਔਰ ਪੱਟੀ ਇਹਦੇ ਵਿੱਚੋਂ ਇੱਕ ਕੱਢ ਲਓ ਤੁਸੀਂ। ਆਹ ਗੱਡੇ ਆ ਜੀ ਉਹ, ਆਹ ਵੇਖੋ ਜੀ ਤੁਹਾਨੂੰ ਦਿਖਾਈਏ, ਆਹ ਦਿਖਾ ਦਈਏ ਜੀ ਕਸ਼ਮੀਰੀ ਲਸਣ ਲੱਗਿਆ ਨਾਲ ਜੀ। ਆਹ ਨਾਲ ਲੱਗਾ ਇਹਦੇ ਦਾਲੇ ਦਾਲੇ ਜਿੰਨੇ ਵੀ ਆ ਫੋੜੇ ਜਿਹੇ ਬਣੇ ਹੋਏ ਆ, ਸਾਰਾ ਕਸ਼ਮੀਰੀ ਲਸਣ ਆ ਜੀ। ਬੜੀ ਤਗੜੀ ਬੰਬ ਇਹ ਜਿਹੜੀ ਵਰਾਇਟੀ ਆ ਤੁਹਾਨੂੰ ਮੇਰੇ ਹਿਸਾਬ ਨਾਲ ਜੇ ਲੈਣੀ ਹੋਵੇ ਤਾਂ 2000 ਨੂੰ ਕਿਲੋ ਇਹ ਵਰਾਇਟੀ ਬਾਜ਼ਾਰ ਦੇ ਵਿੱਚ ਮਿਲੂਗੀ, ਜੇ ਤੁਸੀਂ ਪੰਸਾਰੀਆਂ ਤੋਂ ਲਓਗੇ। ਆਹ ਤੁਸੀਂ ਦੇਖ ਲਿਓ ਜੀ ਸਾਰੇ ਨਾਲ ਆ ਫੋੜੇ ਜਿਹੇ ਬਣਦੇ ਜਾਂਦੇ, ਜਿਹੜਾ ਇਹ ਨਾਲੋਂ ਸੁੱਕ ਕੇ ਲਾਣੋਂ ਲਊਗਾ ਡਾਕਟਰ ਸਾਹਿਬ ਇਹ? ਹਾਂਜੀ ਹਾਂਜੀ ਹਾਂ, ਸੁੱਕ ਕੇ ਇਹ ਨਾਲੋਂ। ਆਹ ਦੇਖ ਲਓ ਜੀ ਆਹ ਕਸ਼ਮੀਰੀ ਲਸਣ ਆ ਜੀ, ਇਹ ਜੜ੍ਹਾਂ ਹੀ ਸੇਬਿਆਂ ਵਰਗੀਆਂ ਹੁੰਦੀਆਂ। ਹਾਂ ਤੁਸੀਂ ਜੜ੍ਹ ਵੇਖੋ ਕਿੰਨੀ ਮੋਟੀ ਹੈ ਇਹਦੀ, ਅਤੇ ਇਹ ਵੀ ਕੋਰ ਵੱਟ ਦੇ ਵਿੱਚ ਹੀ ਖੜ੍ਹਾ, ਪਰਾਲੀ ਦੇ ਵਿੱਚ ਇਹ ਉੱਤੇ ਮਲਚਿੰਗ ਕੀਤਾ ਹੋਇਆ ਸੀ ਅਤੇ ਪਰਾਲੀ ਦੇ ਵਿੱਚੋਂ ਹੀ ਇਹ ਉਵੇਂ ਆਪਦਾ ਕੋਰ ਪੱਟਣਾ ਬੜਾ ਸੌਖਾ। ਅਤੇ ਸਾਡੇ ਜਿਹੜੇ ਨਾਲ ਡਾਕਟਰ ਸਾਹਿਬ ਦੇ ਪਾਰਟਨਰ ਆ ਅਡੀਕ ਸਿੰਘ, ਇਹਨਾਂ ਦਾ ਵੀ ਪੇਜ ਆ ਇਹਨਾਂ ਜੜ੍ਹਾਂ। ਆਹ ਵੇਖੋ ਜੀ ਇਹ ਹਜੇ ਕੱਚਾ ਜੀ, ਕੱਚਾ ਹੈ ਤਾਂ ਇਹ ਕਿੰਨੇ ਕੁ ਦਿਨ ਟਾਈਮ ਲਊਗਾ? ਹਜੇ ਜੂਨ ਦੇ ਪਹਿਲੇ ਹਫ਼ਤੇ ਪੱਟਿਆ ਜਾਊਗਾ, ਹਜੇ ਜੂਨ ਦੇ ਪਹਿਲੇ ਹਫ਼ਤੇ। ਠੀਕ ਆ ਜੀ। ਇਹ ਕਿੱਲੇ ਦਾ ਕਿੰਨਾ ਪੈ ਜਾਂਦਾ ਜੀ ਇਹ? 20 ਦਾ ਜੀ। ਹਾਂ 20 ਦਾ 8 ਕੁਇੰਟਲ ਜੀ। 8 ਕੁਇੰਟਲ ਕਿੱਲੇ ਦਾ? ਹਾਂ ਝਾੜ ਵੀ ਹੈ, 20 ਵੀ ਡਬਲ ਪੈਂਦਾ ਅਤੇ ਝਾੜ ਵੀ ਡਬਲ ਹੀ ਹੈ, ਤਾਂ ਨਿਕਲੂ ਕਿੰਨਾ ਕਿੱਲੇ? ਫਸਲ ਵੇਖੋ ਤੁਸੀਂ ਮੇਰਾ ਮਟਰ ਜੀ ਛੱਕ ਕੇ ਪੱਤੇ ਨਹੀਂ ਭੂ ਖਾ ਕੇ ਬਣਨਾ ਮੈਨੂੰ, ਆਹ ਜਿਹਾ ਜਿੰਨੀਆਂ ਪਰਤਾਂ ਕੱਢੇ ਦੀਆਂ ਇੰਨੀਆਂ ਪਰਤੇ ਬਣਨੀਆਂ ਹਜੇ ਨਾ ਹੀ ਕੁਛ ਨਹੀਂ, ਹਜੇ ਤਾਂ ਹੋ ਜਾਣਾ ਹਜੇ ਤਾਂ ਵੀ ਵਧੀਆ ਨਹੀਂ, ਹਜੇ ਮਹੀਨਾ ਵਧੀ ਜਾਣਾ, ਹਜੇ ਤਾਂ ਟਾਈਮ ਟੇਬਲ ਵੀ ਪਿਆ ਇਹਦਾ, ਮਹੀਨਾ ਕਹਿੰਦਾ ਪਾ ਹਜੇ ਵਧੀ ਜਾਣਾ। ਠੀਕ ਹੈ, ਜਿਹੜਾ ਕਹਿੰਦਾ ਪਾ ਕਣਕ ਨਾਲ ਉੱਚਾ ਜਾ ਵੜਨਾ ਜੀ, ਇਹ ਖੱਸੀ ਕਰਨਾ ਪੈਂਦਾ ਜੀ ਐਂ ਕਰਕੇ, ਆਹ ਪੁੱਲ ਚੜ੍ਹਨਾ ਪੈਂਦਾ। ਠੀਕ ਆ, ਇਹ ਉੱਤੋਂ ਆਹ ਲਾਉਣੀ ਪੈਂਦੀ ਟੋਪੀ ਇਹਦੀ, ਹੁਣ ਵੀ ਕਦ ਵੇਖ ਲਓ ਨੀ, ਆਹ ਵੇਖੋ ਪਰਮਜੀਤ ਕਦ ਵੇਖ, ਕਿਸਾਨ ਵੀਰੋ ਤੁਸੀਂ ਦੇਖ ਸਕਦੇ ਇਹਦੀ ਜਿਹੜੀ ਪਟਾਈ ਹੋਊਗੀ ਉਦੋਂ ਵੀ ਆਪਾਂ ਡਾਕਟਰ ਸਾਹਿਬ ਨਾਲ ਤੁਹਾਨੂੰ ਮਿਲਾਵਾਂਗੇ, ਤੇ ਕਸ਼ਮੀਰੀ ਜਿਹੜਾ ਲਸਣ ਆਹ ਨਾਲ ਬਣ ਰਿਹਾ ਇਹਦੀ ਵੀ ਪੂਰੀ ਆਪਾਂ ਵੀਡੀਓ ਤੁਹਾਨੂੰ ਪਾਵਾਂਗੇ, ਤੇ ਡਾਕਟਰ ਸਾਹਿਬ ਨੂੰ ਵੀ ਮਿਲਾਵਾਂਗੇ। ਬਣੇ ਰਹੋ ਜੇ ਸਾਡੇ ਪੇਜ ਨਾਲ ਤੇ ਯੂਟਿਊਬ ਚੈਨਲ ਨਾਲ ਜੀ, ਦੇਵਾਂਗੇ ਤੁਹਾਨੂੰ ਜਾਣਕਾਰੀ ਵਧੀਆ ਤੋਂ ਵਧੀਆ, ਜਿਹੜੀ ਵੀਡੀਓ ਅਸੀਂ ਹੋਰ ਬਣਾ ਕੇ ਪਾਵਾਂਗੇ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ।